ਘਰ ਵਿੱਚ ਪੰਜ ਦੌੜ ਮੱਚੀ ਹੋਈ ਸੀ। ਬੱਚੇ ਜਾਣ ਤੋਂ ਲੇਟ ਹੋ ਰਹੇ ਸਨ। ਕਿਸੇ ਦੀਆਂ ਕਿਤਾਬਾਂ ਗੁੰਮ ਸਨ ਅਤੇ ਕਿਸੇ ਨੂੰ ਵਰਦੀ ਦੇ ਕੱਪੜੇ ਨਹੀਂ ਮਿਲ ਰਹੇ ਸੀ। ਕਿਸੇ ਕੋਲ ਪੈਨਸਲ ਨਹੀਂ ਸੀ। ਇੰਝ ਜਾਪਦਾ ਸੀ ਕਿ ਬੱਚਾ ਨੂੰ ਅੱਜ ਭੁੱਖੇ ਹੀ ਸਕੂਲ ਜਾਣਾ ਪਵੇਗਾ। ਹਾਲੀ ਤੱਕ ਖਾਣੇ ਲਈ ਕੁਝ ਵੀ ਤਿਆਰ ਨਹੀਂ ਹੋਇਆ ਸੀ ਘਰ ਦਾ ਮਾਲਕ ਤਾਂ ਪਹਿਲਾਂ ਹੀ ਮਸਾਂ ਤਿਆਰ ਹੋਇਆ ਕਰਦਾ ਸੀ ਅੱਜ ਦੀ ਤਿਆਰੀ ਤਾਂ ਉਸ ਲਈ ਵੱਡੀ ਮੁਸੀਬਤ ਬਣੀ ਹੋਈ ਸੀ ਬੂਟ ਤਾਂ ਉਸ ਨੇ ਬਿਨਾ ਪਾਲਿਸ਼ ਕੀਤੇ ਹੋਈ ਪਾਲਏ ਸੀ ਪਰ ਉਹ ਟਾਈ ਤੋਂ ਬਿਨਾ ਕਿਵੇਂ ਜਾ ਸਕਦਾ ਸੀ ਅੱਜ ਉਹ ਦਫਤਰ ਕੁਝ ਪਹਿਲਾਂ ਜਾਣਾ ਚਾਹੁੰਦਾ ਸੀ ਉਸ ਨੂੰ ਜ਼ਰੂਰੀ ਕੰਮ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਉਹ ਤਾਂ ਅੱਜ ਸਮੇਂ ਸਿਰ ਵੀ ਨਹੀਂ ਪਹੁੰਚ ਸਕੇਗਾ ਆਰਾਮ ਨੇ ਕਿਹਾ ਅੱਜ ਤੂੰ ਉੱਠਣਾ ਨਹੀਂ ਉੱਠ ਆਪਣਾ ਘਰ ਸੰਭਾਲ ਵੇਖ ਤੇ ਇਸਤਰੀ ਦੇਨ ਦੇ ਨਾਲ ਉਸ ਦੀ ਰਾਤ ਵੀ ਖਤਮ ਹੋ ਗਈਏ ਮਰਦ ਦਿਨ ਦਾ ਸੂਰਜ ਸਾਲ ਪਰ ਚਮਕ ਲਈ ਫਿਰ ਚੜ ਗਿਆ ਏ ਉਝਲਾ ਹਟ ਵਿੱਚ ਮਰਦੀ ਹੈਂਕੜ ਬੋਲ ਰਹੀ ਸੀ اے ਸੀ ਜੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਆਪਣੀਆਂ ਹੋਰ ਨਵੀਆਂ ਨਵੀਆਂ ਕਹਾਣੀਆਂ ਦੇਖਣ ਦੇ ਲਈ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਾਨੂੰ ਦਿਓ ਆ ਗਿਆ ਧੰਨਵਾਦ